ਨਮਸਕਾਰ ਖਬਰਾਂ ਦੇਸ ਬੁਲਟਿਨ 'ਚ ਤੁਹਾਡਾ ਸਵਾਗਤ ਮਹਿਰਜਨੀ ਪਹਿਲਾ ਪੇਸ਼ਨੀ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਦਾ ਤੀਜਾ ਆਤਮ ਨਿਰਭਰ ਬਣਾਈ ਭਾਰਤ ਨੇ ਚੀਨੂ ਵਿਦਿਆਰਥੀਆਂ ਦੇ ਹਿੱਤਾਂ ਲਈ ਸੋਹਿਰਦ ਪਹੁੰਚ ਅਪਣਾਉਣ ਲਈ ਕਿਹਾ ਰੰਗਾ ਦਾ ਤਿਉਹਾਰ ਹੋਲੀ ਅੱਜ ਦੇਸ਼ ਭਰ ਵਿੱਚ ਕੋਪੂਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹੋਲਾ ਮੋਹਲਾ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਤਾਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ ਪੰਜਾਬ ਵਿਧਾਨ ਸਭਾ ਦੇ ਜਲਾਸ ਦੇ ਕੱਲ ਪਹਿਲੇ ਦਿਨ ਵਿਧਾਇਕਾਂ ਨੇ ਹਲਫ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਉਣ ਲਈ ਆਖਿਆ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਮੁੱਖ ਉਦੇਸ਼ ਖੁਦ ਨੂੰ ਆਧੁਨਿਕ ਤੇ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਸਾਡੇ ਤੇ ਨਹੀਂ ਅਤੇ ਕੋਵਿਡ ਕਾਰਨ ਬਣੀ ਹਾਲਾਤਾਂ ਵਿੱਚ ਨਵੀਂ ਕੁਮਾਂਤਰੀ ਵਿਵਸਥਾ ਉੱਭਰ ਰਹੀ ਹੈ ਅਤੇ ਭਾਰਤ ਨੂੰ ਖੁਦ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ। ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਪ੍ਰਸ਼ਾਸਨ ਅਕਾਦਮੀ ਦੇ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟ੍ਰੇਨਿੰਗ ਅਧਿਕਾਰੀਆਂ ਨੇ 21ਵੀਂ ਸਦੀ ਦੇ ਭਾਰਤ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟ੍ਰੇਨਿੰਗ ਅਧਿਕਾਰੀਆਂ ਦਾ ਇਹ ਬੈਚ ਖਾਸ ਹੈ ਕਿਉਂਕਿ ਉਹ ਦੇਸ਼ ਦੀ ਆਜ਼ਾਦੀ ਦੇ 75ਵੇਂ ਬਰੇ ਵਿੱਚ ਇਸ ਬੈਚ ਦਾ ਕੰਮ ਸ਼ੁਰੂ ਹੋ ਰਿਹਾ ਹੈ ਉਹ ਅਗਲੇ 25 ਬਰਿਆਂ ਵਿੱਚ ਦੇਸ਼ ਦੀ ਤਰੱਕੀ ਲਈ ਜ਼ਿੰਮੇਵਾਰ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦੀ ਸੇਵਾ ਅਤੇ ਕਰਤੱਵ ਪ੍ਰਤੀ ਨਿਸ਼ਟਾ ਟ੍ਰੇਨਿੰਗ ਦਾ ਸਭ ਤੋਂ ਅਹਿਮ ਹਿੱਸਾ ਹੈ ਨੌਕਰੀ ਵਿੱਚ ਰਹਿੰਦਿਆਂ ਸੇਵਾ ਪਾਉ ਅਤੇ ਕਰਤੱਵ ਨਿਸ਼ਟਾ ਦਾ ਸਿਧਾਂਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਇਹਨਾਂ ਦੋਵਾਂ ਸਿਧਾਂਤਾਂ ਦਾ ਪਾਲਨ ਕਰਦੇ ਨੇ ਤਾਂ ਕੰਮ ਬੋਝ ਨਹੀਂ ਲੱਗੇਗਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਤੁਹਾਡਾ ਇੱਕ ਵੀ ਫੈਸਲਾ ਸਮਾਜ ਦੀ ਆਖਰੀ ਵਿਅਕਤੀ ਦੀ ਬਿਹਤਰੀ ਵਿੱਚ ਕੰਮ ਕਰਦਾ ਹੈ ਤਾਂ ਫੈਸਲਾ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਹਾਸਲ ਕਰਨ ਵਾਲੀਆਂ ਅਧਿਕਾਰੀਆਂ ਨੂੰ ਰੀਫਾਰਮ ਪਰਫਾਰਮ ਅਤੇ ਟਰਾਂਸਫਾਰਮ ਨੂੰ ਵੀ ਅਗਲੇ ਪੱਧਰ ਤੇ ਲਿਜਾਣਾ ਹੈ ਉਹਨਾਂ ਨੇ ਕਿਹਾ ਕਿ ਸਭ ਦਾ ਪ੍ਰਯਾਸ ਬੇहद ਅਹਿਮ ਹੈ ਅਤੇ ਹਮੇਸ਼ਾ ਹਾਂ ਪੱਕੀ ਨਤੀਜੇ ਦਿੰਦਾ ਹੈ ਜੀ ਗੌਰਾਨ ਆਪਕੋ ਸਰਦਾਰ ਪਟੇਲ ਜੀ ਕੇ ਵਿਜਨ ਉਹਨਕੇ ਵਿਚਾਰੋ ਸੇ ਅਵਗਤ ਕਰਾਇਆ ਗਿਆ ਹੈ ਸੇਵਾ ਭਾਵ और कर्तव्य भाव इन दोनों का महत्व आपकी ट्रेनिंग का अभिन्न हिस्सा रहा है आप जितने वर्ष भी इस सेवा में रहेंगे आपकी व्यक्तिगत और प्रोफेशनल सफलता का पैमाना यही फैक्टर रहना चाहिए ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲਿਆਲਮ ਡੇਲੀ ਮਾਤ੍ਰੋਪੂਮੀ ਦੇ ਸਾਲ ਭਰ ਚੱਲਣ ਵਾਲੇ ਸਮਾਗਮ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਉਦਘਾਟਨੀ ਸਮਾਗਮ ਦਾ ਹਿੱਸਾ ਬਣਨਗੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੂੰ ਭਾਰਤੀ ਵਿਦਿਆਰਥੀਆਂ ਦੇ ਹਿੱਤਾਂ ਲਈ ਸੁਹਿਰਦ ਪਹੁੰਚ ਅਪਣਾਉਣੀ ਚਾਹੀਦੀ ਹੈ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਜੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਿਖਰਲੇ ਸਮੇਂ ਚੀਨ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਵਤਨ ਪਰਤ ਦੇ ਸੰਤੇ ਹੁਣ ਚੀਨ ਵੱਲੋਂ ਉਨ੍ਹਾਂ ਨੂੰ ਪੜ੍ਹਾਈ ਅੱਗੇ ਜਾਰੀ ਰੱਖਣ ਲਈ ਚੀਨ ਪਰਤਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਇਸ ਮੁੱਦੇ ਤੇ ਕਈ ਵਾਰ ਚੀਨ ਨਾਲ ਸੰਪਰਕ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਗਿਆ ਵਿਦੇਸ਼ ਮੰਤਰਾਲੇ ਦੀ ਬੁਲਾਰੀ ਨੇ ਦੱਸਿਆ ਕਿ ਪਿਛਲੇ ਵਾਰ ਇਸ ਸਤੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰੀ ਡਾਕਟਰ ਐਸ. ਡੀ. ਸ਼ੰਕਰ ਨੇ ਦੁਸ਼ਾਂਬੇ ਵਿੱਚ ਚੀਨੀ ਹਮ ਅਹੁਦਾ ਅੱਗੇ ਇਹ ਮੁੱਦਾ ਰੱਖਿਆ ਸੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੂਖ ਮਾਂਡਵਿਆ ਨੇ ਯੂਰਪ ਤੇ ਪੂਰਬੀ ਏਸ਼ੀਆ ਦੇ ਕੁਝ ਮੁਲਕਾਂ ਵਿੱਚ ਕੋਵਿਡ ਸੰਕਰਮਣ ਵਿੱਚ ਵਾਧੇ ਨੂੰ ਵੇਖਦਿਆਂ ਦੇਸ਼ ਭਾਰਤ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਬੇहद ਚੌਕਸੀ ਵਰਤਨ ਨਿਗਰਾਨੀ ਬਣਾਈ ਰੱਖਣ ਅਤੇ ਜੈਨੂਮਿਕ ਸਕਵੈਸਿੰਗ ਦਾ ਸਖਤੀ ਦੇ ਨਾਲ ਪਾਲਨ ਕਰਨ ਸਿਹਤ ਮੰਤਰੀ ਨੇ ਕੋਵਿਡ ਟੀਕਾਕਰਨ ਦੇ ਹਾਲਤ ਅਤੇ ਜੈਨੋਮਿਕ ਨਿਗਰਾਨੀ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਇਹ ਹੁਕਮ ਦਿੱਤਾ ਮੀਟਿੰਗ ਵਿੱਚ ਸਿਹਤ ਸਕੱਤਰ ਰਾਜੇਸ਼ ਪੂਸ਼ਨ ਐਨ ਟੀ ਏ ਜੀ ਆਈ ਦੇ ਮੁਖੀ ਡਾਕਟਰ ਐਨ ਕੇ ਅਰੋੜਾ ਨੀਤੀ ਆਯੋਗ ਦੇ ਸਕੱਤਰ ਸਿਹਤ ਵਿਕੇ ਪਾਲ ਆਈ ਸੀ ਐਮ ਆਰ ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਪਾਰਕਫ ਅਤੇ ਏਮਸ ਦਿੱਲੀ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ ਚੀਨ, ਦੱਖਣ ਕੋਰੀਆ, ਹਾਂਗਕਾਂਗ, ਵਿਅਤਨਾਮ, ਸਿੰਗਾਪੁਰ ਅਤੇ ਯੂਰਪ ਦੇ ਕੁਝ ਮੁਲਕਾਂ ਵਿੱਚ ਕੋਵਿਡ ਸੰਕਰਮਣ ਵਿੱਚ ਵਾਧਾ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਲ ਬੈਂਗਲੁਰੂ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਆਧੁਨਿਕ ਫਲਾਈਟ ਕੰਟਰੋਲ ਪ੍ਰਣਾਲੀ ਦੀ ਇੱਕੀਕ੍ਰਿਤ ਸਹੂਲਤ ਦਾ ਉਦਘਾਟਨ ਕੀਤਾ। ਸਤਮਾਂਜਲੀ ਇਸ ਇੱਕੀਕ੍ਰਿਤ ਸਹੂਲਤ ਨੂੰ ਰਿਕਾਰਡ 45 ਦਿਨਾਂ ਵਿੱਚ ਉਸਾਰਿਆ ਗਿਆ ਹੈ ਜਿਸ ਵਿੱਚ ਰਵਾਇਤੀ ਤਕਨੀਕਾਂ ਤੋਂ हट ਕੇ ਆਧੁਨਿਕ ਟੈਕਨੋਲੋਜੀ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਆਪਣੀ ਕਿਸਮ ਦੀ ਨਮੂਨੇ ਦੀ ਇਹ ਸਹੂਲਤ ਡੀਆਰਡੀਓ ਵੱਲੋਂ ਲਾਰਸਨ ਐਂਡ ਟਰਬੋ ਕੰਪਨੀ ਦੇ ਸਹਿਯੋਗ ਨੇ ਬਣਾਈ ਹੈ। ਇਸ ਦੇ ਡਿਜ਼ਾਈਨ ਅਤੇ ਤਕਨੀਕੀ ਸਹਿਯੋਗ ਲਈ IIT ਮਦਰਾਸ ਅਤੇ ਰੁਰਕੀ ਦੀਆਂ ਟੀਮਾਂ ਨੇ ਪ੍ਰੋਜੈਕਟ ਵਿੱਚ ਕੰਮ ਕੀਤਾ ਹੈ। ਰੱਖਿਆ ਮੰਤਰੀ ਰਾਸ਼ਨਾਥ ਸਿੰਘ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਇਹ ਪ੍ਰੋਜੈਕਟ ਆਪਣੀ ਕਿਸਮ ਦਾ ਬੇਹਦ ਆਧੁਨਿਕ ਨਮੂਨਾ ਹੈ ਜੋ ਕੇਵਲ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਵੀ ਲਖਣ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨਿਊ ਇੰਡੀਆ ਦੀ ਨਵੀਂ ਊਰਜਾ ਨੂੰ ਪ੍ਰਦਰਸ਼ਿਤ ਕਰਦਾ ਹੈ। ਰੱਖਿਆ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਵਿੱਚ ਇਸ ਆਧੁਨਿਕ ਸਹੂਲਤ ਵੱਲੋਂ ਮਹੱਤਵਪੂਰਨ ਯੋਗਦਾਨ ਦੇਤੇ ਜਾਣ ਦੀ ਗੱਲ ਵੀ ਕੀ ਰੰਗਾ ਦਾ ਤਿਉਹਾਰ ਹੂਲੀ ਦੇਸ਼ਪਾਰ ਵਿੱਚ ਅੱਜ ਬੜੇ ਚਾਹ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਦੇਵਪਿੰਹੀਸਿਆ ਵਿੱਚ ਹੂਲੀ ਨੂੰ ਵਕ ਵਕ ਨਾਵਾ ਹੀ ਸਥਾਨਕ ਰੀਤੀ ਰਿਵਾਜਾਂ ਨਾਲ ਮਨਾਇਆ ਜਾਂਦਾ ਹੈ ਬੀਤੇ ਦਿਨ ਹੋਲੀਕਾ ਦਹਨ ਨਾਲ ਰੰਗਾ ਦੇ ਤਿਉਹਾਰ ਦੀ ਆਰੰਭਤਾ ਹੋਈ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਭਗਤ ਪ੍ਰਹਲਾਦ ਦੀ ਸ਼ਰਧਾ ਨੂੰ ਦਰਸਾਉਂਦਾ ਹੈ ਧਾਰਮਿਕ માનਤਾਵਾਂ ਮੁਤਾਬਿਕ ਭਗਵਾਨ ਵਿਸ਼ਨੂੰ ਨੇ ਰਾਜਾ हिरण्याकश्यपु ਤੋਂ ਭਗਤ ਪ੍ਰਹਲਾਦ ਦੀ ਰਾਖੀ ਕੀਤੀ ਸੀ ਅਤੇ ਉਹਨਾਂ ਨੂੰ ਬਲਦੀ ਅੱਗ ਵਿੱਚ ਸੁਰੱਖਿਅਤ ਰੱਖਿਆ ਸੀ ਦੇਸ਼ ਵਿੱਚ ਕਈ ਥਾਈਂ ਹੋਲੀ ਨੂੰ ਰੰਗ ਪੰਚਮੀ ਤੱਕ ਮਨਾਇਆ ਜਾਂਦਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਲੀ ਦੇ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਖਾਲਸਾਈ ਜਹੂ ਜਲਾਲ ਦਾ ਪ੍ਰਤੀਕ ਹੁਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਬੀਤੇ ਦਿਨ ਤਖਤਸ਼੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਰਗੂਵਿਰ ਸਿੰਘ ਵੱਲੋਂ ਅਰਦਾਸ ਪ੍ਰਾਂਤ ਹੋਲੇ ਮਹੱਲੇ ਦੀ ਰਸਮੀ ਸ਼ੁਰੂਆਤ ਹੋਈ। ਇਸ ਮੌਕੇ ਕਾਲ ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਗੁਰਦੁਆਰਾ ਟਿੱਬਾ ਸਾਹਿਬ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਸ਼੍ਰੀ ਅਨੰਦਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਿਨ੍ਹਾਂ ਦੇ ਪਲਕੇ ਭੋਗ ਪਾਇਆ ਜਾਣਗੇ। ਹੋਲੇ ਮਹੱਲੇ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। ਸੋਲਵੀ ਪੰਜਾਬ ਵਿਧਾਨ ਸਭਾ ਦਾ 3 ਦਿਨਾਂ ਦਾ اجلاس ਕੱਲ ਸ਼ੁਰੂ ਹੋਇਆ ਪ੍ਰੋਤਮ ਸਪੀਕਰ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਪਹਿਲੇ ਸੈਸ਼ਨ ਦੌਰਾਨ ਨਵੇਂ ਚੁਣੇ ਮੈਂਬਰਾਂ ਨੂੰ ਸੌਂਚੁਕਾਈ ਸਭ ਤੋਂ ਪਹਿਲਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੌਂਚੁਕੀ ਇਸ ਤੋਂ ਬਾਅਦ ਮਹਿਲਾ ਵਿਧਾਨਕਾਰਾਂ ਤੇ ਹੋਰ ਮੈਂਬਰਾਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਅਲਫਾਬੈਟਿਕਲ ਆਰਡਰ ਅਨੁਸਾਰ ਸੌ ਚੁੱਕੀ ਸੌ ਚੁੱਕਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੇ 92 ਕਾਂਗਰਸ ਦੇ 18 ਸ਼੍ਰੋਮਣੀ ਅਕਾਲੀ ਦਲ ਦੇ 3 ਬਹੁਜਨ ਸਮਾਜ ਪਾਰਟੀ ਦੇ 1 ਅਤੇ 1 ਆਜ਼ਾਦ ਮੈਂਬਰ ਨੇ ਸੌ ਚੁੱਕੀ ਭਾਰਤੀ ਜਨਤਾ ਪਾਰਟੀ ਦੇ 2 ਮੈਂਬਰ 22 ਮਾਰਚ ਨੂੰ ਸੌ ਚੁੱਕਣਗੇ ਸਪੀਕਰ ਦੀ ਚੋਣ 21 ਮਾਰਚ ਨੂੰ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸੈਂਬਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਦਾ ਸਤਿਕਾਰ ਕਰਦੇ ਹੋਏ ਸੂਬੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਸਹੀ ਪਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਫ਼ਤਰ ਵਿਖੇ ਆਪਣੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਮਹੂਰੀਅਤ ਵਿੱਚ ਇਹ ਲੋਕ ਅਸਲ ਸ਼ਾਸਕ ਹੁੰਦੇ ਨੇ ਅਤੇ ਸਿਆਸਤਦਾਨਾਂ ਨੂੰ ਸਤਾ ਵਿੱਚ ਰਹਿਣ ਜਾਂ ਬਾਦ ਦਾ ਰਸਤਾ ਵਿਖੋਣ ਦੀ ਤਾਕਤ ਵੀ ਇਨ੍ਹਾਂ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਭਗਵਨਪਾਲ ਨੇ ਪੰਜਾਬ ਨੂੰ ਮੂਰੀ ਸੁਭਾ ਬਣਾਉਣ ਲਈ ਅਧਿਕਾਰੀਆਂ ਨੂੰ ਟੀਮ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਡਾ ਮੁੱਖ ਸਰਕਾਰ ਪੰਜਾਬ ਨੂੰ ਲੰਡਨ, ਕੈਲੀਫੋਰਨੀਆ ਜਾਂ ਪੈरिस ਬਣਾਉਣਾ ਨਹੀਂ ਸਗੋਂ ਅਸਲ ਪੰਜਾਬ ਬਣਾਉਣਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਸਿਆਸੀ ਬਦਲਾਖੋਰੀ ਦੀ ਰਾਤ ਤੇ ਨਹੀਂ ਪਵੇਗੀ ਅਤੇ ਨਾਲ ਹੀ ਉਹਨਾਂ ਸਮੂੱਚੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਤੇ ਡਰ ਪੈ ਤੋਂ ਸਮਰਪਿਤ ਭਾਵਨਾ, ਸੰਜੀਦਗੀ ਅਤੇ ਧਿਆਨਤਦਾਰੀ ਨਾਲ ਨਿਭਾਉਣ ਲਈ ਆਖਿਆ। ਭ੍ਰਸ਼ਟਾਚਾਰ ਮੁਕਤ ਸਰਕਾਰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਤੇ ਇੱਕ WhatsApp ਨੰਬਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕ ਰਿਸ਼ਵਤ ਮੰਗਣ ਵਾਲੇ ਪ੍ਰਸ਼ਾਸਕੀਆਂ ਜਾਂ ਹੋਰ ਗਲਤ ਕੰਮ ਕਰਨ ਵਾਲੀਆਂ ਅਧਿਕਾਰੀਆਂ ਦੀ ਵੀਡੀਓ ਅਪਲੋਡ ਕਰਕੇ ਪੇਜ ਸਕਣ। ਇਸ ਤੋਂ ਪਹਿਲਾਂ ਮੁੱਖ ਸਕੱਤਰ ਅਨਿਰੁੱਧ Tiwari ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਤੇ ਪ੍ਰੋਸਾਦ ਵਾਇਆ ਕਿ ਲੋਕਪੱਖੀ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੂਰੇ ਤਾਲਮੇਲ ਨਾਲ ਕੰਮ ਕਰੇਗਾ। ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਪੱਤਰ ਸੂਚਨਾ ਦਫਤਰ ਜਲੰਧਰ ਵੱਲੋਂ ਮੀਡੀਆ ਵਰਕਸ਼ਾਪ ਵਾਰਤਾਲਾਪ ਦਾ ਆਯੋਜਨ ਜਲੰਧਰ ਵਿੱਚ ਕੀਤਾ ਗਿਆ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ ਇਸ ਵਰਕਸ਼ਾਪ ਦਾ ਮੰਤਵ ਮੀਡੀਆ ਨੂੰ ਸਰਕਾਰੀ ਯੋਜਨਾਵਾਂ ਸੰਬੰਧੀ ਸਹੀ ਜਾਣਕਾਰੀ ਦੇਣਾ ਖਾਸ ਤੌਰ ਤੇ ਪੇਂਡੂ ਇਲਾਕਿਆਂ ਵਿੱਚ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ ਲਈ ਮੀਡੀਆ ਦਾ ਯੋਗਦਾਨ ਹਸਲ ਕਰਨਾ ਰਿਹਾ ਵਰਕਸ਼ਾਪ ਵਿੱਚ ਜਲੰਧਰ ਜ਼ਿਲ੍ਹੇ ਦੀ ਵੱਖ-ਵੱਖ ਖੇਸਿਆਂ ਚੋਂ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਹਿੱਸਾ ਲਿਆ ਆਪਣੇ ਸੰਬੋਧਨ ਵਿੱਚ ਉਨ੍ਹਾਂ ਵਰਕਸ਼ਾਪ ਨੂੰ ਪੱਤਰਕਾਰਾਂ ਲਈ ਬੇਹਦ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਅਜਿਹੇ ਪ੍ਰਕਾਸ਼ਪਰਾਹੀ ਯੋਜਨਾਵਾਂ ਦੀ ਜਾਣਕਾਰੀ ਪੱਤਰਕਾਰਾਂ ਨੂੰ ਲਗਾਤਾਰ ਦੇਣੀ ਚਾਹੀਦੀ ਹੈ ਤਾਂ ਜੋ ਇਹ ਜਾਣਕਾਰੀ ਅੱਗੇ ਆਮ ਲੋਕਾਂ ਤੱਕ ਪਹੁੰਚ ਸਕੇ ਫਲੈਗਸ਼ਿਪ ਗਵਰਨਮੈਂਟ ਆਫ ਇੰਡੀਆ ਦੀ ਸਕੀਮਾ ਨੇ ਉਹਨਾਂ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਰਾਹੀਂ ਪ੍ਰੋਪਰਲੀ ਐਂਡ ਯੂਜ਼ਰ ਤੱਕ ਡਿਸੈਮੀਨੇਟ ਹੋ ਸਕੇ ਤਾਂ ਮੈਂ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦੇਣਾ ਇਹਨਾਂ ਨੂੰ ਐਂਡ ਇੱਥੇ ਅੱਜ ਜਿਹੜੇ ਹੈਗੇ ਚਾਰ ਕੀ ਨੋਟ ਸਪੀਕਰਸ ਆਏ ਨੇ ਜਿਹੜੀ ਕਿ ਚਾਰ ਸਕੀਮਸ ਬਾਰੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਜਿਹੜੀ ਹੈਗੀ ਆਯੂਸ਼ਮਾਨ ਭਾਰਤ ਦੀ ਪ੍ਰਧਾਨ ਮੰਤਰੀ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਤੇ ਜਲ ਜੀਵਨ ਮਿਸ਼ਨ ਇਹ ਚਾਰ ਮੁੱਦੇ ਇਹਨਾਂ ਨੇ ਚੱਕੇ ਵਿਚ ਆਰ ਵੈਰੀ ਵੈਰੀ ਰੈਲੇਵੈਂਟ ਐਂਡ ਅਦਰਵਾਈਜ਼ ਵੀ ਇਨ ਜਨਰਲ ਜਿਹੜਾ ਰੋਲ ਹੈਗਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਇਜ਼ ਵੈਰੀ ਰੈਲੇਵੈਂਟ ਅੱਜ ਦੇ ਦਿਨ ਦੇ ਵਿੱਚ ਤੇ ਮੈਂ ਸਮਝਦਾ ਕਿ ਮੀਡੀਆ ਸਾਡਾ ਹੀ ਵਿੰਗ ਹੈ ਗਵਰਨਮੈਂਟ ਦੀ ਐਕਸਟੈਂਸ਼ਨ ਹੈ ਬਿਕੋਜ਼ ਇਹ ਸਾਰੀ ਜਦੋਂ ਤੱਕ ਕੋਈ ਵੀ ਸਕੀਮ ਲੋਕਾਂ ਤੱਕ ਨਹੀਂ ਪਹੁੰਚਦੀ ਉਦੋਂ ਤੱਕ ਕੋਈ ਵੀ ਉਹਦਾ ਕੋਈ ਪ੍ਰੋਪਰ ਆਊਟਪੁੱਟ ਨਹੀਂ ਨਿਕਲ ਸਕਦਾ ਸੋ देयर ਆਰ ਆਰ ਦੀ ਫੋਰਸ ਮਲਟੀਪਲਾਇਰ ਤੇ ਇਦਾਂ ਦੇ ਇਵੈਂਟ ਭਵਿੱਖ ਦੇ ਵਿੱਚ ਵੀ ਰੈਗੂਲਰ ਬੇਸਿਸ ਤੇ ਆਰਗੇਨਾਈਜ਼ ਹੋਣੇ ਚਾਹੀਦੇ yeah ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਨਿਆਤੀ ਕੇਂਦਰ ਦੀ ਫੰਕਸ਼ਨਲ ਮੈਨੇਜਰ ਮਨਜੀਤ ਲਾਲੀ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਘੰਟੀ ਯੋਜਨਾ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਜੋਤੀ ਸ਼ਰਮਾ ਨੇ ਆਯੂਸ਼ਮਾਨ ਭਾਰਤ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਗੁਰਮਿੰਦਰ ਸਿੰਘ ਨੇ ਬੇਟੀ ਬਚਾਓ ਬੇਟੀ ਪੜਾਓ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਤੀਨਿਧ ਰਾਜੀਵ ਕੁਮਾਰ ਨੇ ਜਲਜੀਵਨ ਮਿਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਪੱਤਰਕਾਰਾਂ ਨੇ ਵੱਖ-ਵੱਖ ਯੋਜਨਾਵਾਂ ਬਾਰੇ ਆਪਣੇ ਸਵਾਲ ਪੁੱਛੇ ਇਸ ਵਰਕਸ਼ਾਪ ਦੇ ਨੂਡਲ ਅਧਿਕਾਰੀ ਫੀਲਡ ਪਬਲਿਸਿਟੀ ਦਫ਼ਤਰ ਜਲੰਧਰ ਦੇ ਐਫਪੀਓ ਅਜੀਤ ਚੰਦਰ ਬਾਲੀ ਨੇ ਸੋਸ਼ਲ ਮੀਡੀਆ ਤੇ ਔਨਲਾਈਨ ਬਦਲਦੇ ਮੀਡੀਆ ਦ੍ਰਿਸ਼ ਬਾਰੇ ਆਪਣੇ ਵਿਚਾਰ ਰੱਖੇ ਫੌਜੀ ਵਜਰ ਕੋਰ ਵੱਲੋਂ ਚਲੰਦਰ ਚੌਣੀ ਵਿਖੇ ਸਾਫ ਕਾ ਫੌਜੀ ਅਸ਼ਿੰਦಾಗ್ ਸਿਹਤ ਯੋਜਨਾ ਬਾਰੇ ਸਾਕਾ ਫੌਜੀਆਂ ਨੂੰ ਜਾਣਕਾਰੀ ਦੇਣ ਲਈ ਇੱਕ ਸੰਮੇਲਨ ਕਰਵਾਇਆ ਗਿਆ ਇਸ ਸੰਮੇਲਨ ਵਿੱਚ ਯੋਜਨਾ ਦੇ ਪ੍ਰਬੰਧਕ ਨਿਰਦੇਸ਼ਕ ਮੇਜਰ ਜਨਰਲ ਐਨ ਆਰ ਇੰਦੂਰਕਰ 91 ਸਬ ایرিয়া ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਮਨੋਜ ਕੁਮਾਰ ਸੂਚੀਬਾਦ ਕੀਤੀ ਗਈ ਹਸਪਤਾਲਾਂ ਦੇ ਪ੍ਰਬੰਧਕੀ ਨਿਰਦੇਸ਼ਕ ਸੀਨੀਅਰ ਫੌਜੀ ਅਧਿਕਾਰੀ ਅਤੇ ਸਾਕਾ ਫੌਜੀ ਸ਼ਾਮਲ ਹੋਏ ਸੰਮੇਲਨ ਦੌਰਾਨ ਯੋਜਨਾ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਾਕਾ ਫੌਜੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ ਕੇਂਦਰ ਸਰਕਾਰ ਨੇ ਅੰਤਰਦੇਸ਼ੀ ਗੈਰ ਪਰਿਵਹਨ ਨਿੱਜੀ ਵਾਹਨ ਨਿਯਮ ਵੀ 220 ਦਾਖਰਣਾ ਨੋਟੀਫਾਈ ਕੀਤਾ ਹੈ ਸੜਕੀ ਆਵਾਜਾਈ ਅਤੇ ਸ਼ਹਿਰਾ ਮੰਤਰਾਲੇ ਮੁਤਾਬਕੇ ਨਿਯਮ ਦੂਜੀ ਮਲਕਾ ਵਿੱਚ ਰਜਿਸਟਰਡ ਨਿਜੀ ਵਾਹਨਾ ਦੇ ਭਾਰਤ ਵਿੱਚ ਦਾਖਲ ਹੋਣ ਅਤੇ ਭਾਰਤੀ ਖੇਤਰ ਵਿੱਚ ਚੱਲਣ ਨੂੰ ਵਿਧੀ ਸੰਗਤ ਬਣਾਉਣ ਲਈ ਤਜਵੀਜ਼ ਕੀਤੇ ਗਏ ਨੇ ਕਰਰ ਨੋਟੀਫਿਕੇਸ਼ਨ ਮੁਤਾਬਕ ਭਾਰਤ ਤੋਂ ਇਲਾਵਾ ਹੋਰ ਨਾ ਮਲਕਾ ਵਿੱਚ ਰਜਿਸਟਰਡ ਮੋਟਰ ਵਾਹਨਾ ਨੂੰ ਭਾਰਤ ਵਿੱਚ ਮੁਸਾਫਰ ਜਾਂ ਸਮਾਨ ਟੋਣ ਦੀ ਇਜਾਜ਼ਤ ਨਹੀਂ ਹੋਵੇਗੀ ਅਜਿਹੇ ਵਾਹਨਾ ਦੇ ਭਾਰਤ ਵਿੱਚ ਚੱਲਣ ਲਈ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਕੋ ਮੰਤਰੀ ਪਰਮਿਟ ਬੀਮਾ ਪਾਲਸੀ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਮਾਰਚ ਨੂੰ ਆਕਾਸ਼ਵਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਦੀ ਇਹ 88ਵੀਂ ਲੜੀ ਹੋਵੇਗੀ ਇੱਕ ਟਵੀਟ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣ ਦਾ ਸੱਦਾ ਦਿੱਤਾ ਹੈ ਸਰੋਤੇ ਆਪਣੀ ਸੁਝਾਅ ਤੇ ਵਿਚਾਰ ਮਾਈ ਗੋਵ ਅਤੇ ਨਮੋ ਐਪ ਤੇ ਸਾਂਝਾ ਕਰ ਸਕਦੇ ਨੇ ਟੋਲ ਫਰੀ ਨੰਬਰ 1800117800 ਨੂੰ ਡਾਇਲ ਕਰਕੇ ਵੀ ਸੁਨੇਹੇ ਰਿਕਾਰਡ ਕੀਤੇ ਜਾ ਸਕਦੇ ਨੇ ਫੋਨ ਲਾਈਨਾਂ 25 ਮਾਰਚ ਤੱਕ ਖੁੱਲੀਆਂ ਰਹਿਣਗੀਆਂ ਜਿਸ ਤੋਂ ਇਲਾਵਾ ਲੋਕ 1922 ਤੇ ਮਿਸਡ ਕਾਲ ਦੇ ਸਕਦੇ ਨੇ ਅਤੇ SMS ਰਾਹੀਂ ਹਾਸਲ ਲਿੰਕ ਤੇ ਜਾ ਕੇ ਆਪਣੇ ਸੁਝਾਅ ਭੇਜ ਸਕਦੇ ਨੇ ਇਸ ਦਿਨ ਆ ਵੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਮੈਂ ਸਟੂਡੀਓ ਤੋਂ 마ਸਕ ਲਗਾ ਕੇ ਬਾਹਰ ਜਾ ਰਹੀ ਹਾਂ ਤੇ ਤੁਸੀਂ ਵੀ ਕਰੋ ਬਾਹਰ ਨਿਕਲਣ ਲੱਗੇ 마ਸਕ ਜ਼ਰੂਰ ਪਹਿਨੋ ਦਿਓ ਆਗਿਆ ਨਮਸਕਾਰ